ਆਪਾਂ ਜਿਸ ਸਾਹਿਬ ਚੌਕ ਤੇ ਆ ਗਏ ਤਾਂ ਸਾ ਕੁਰਚਾ ਖਾਂਦੇ ਪਏ ਭਾਈ ਕਿਨੇ ਕੁਰਚਾ ਖਾਂਦੇ ਪਏ ਕੁਰਚਾ ਖਾਂਦੇ ਪਏ ਕੁਲ ਫਿਕਾ ਦਾ ਪਏ ਤੁਸੀਂ ਖਾਂਦੇ ਤਾਂ ਹਵਾ ਵਾਂਜੋ ਬਸ ਮਿਲ ਕਿ ਕੋਈ ਤੁਹਾਡੇ ਦੋਸਤਾਂ ਦੀ ਸਪੋਰਟ ਚਾਹੀਦੀ ਹੈ ਬਾਕੀ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਦੋਸਤ ਸਪੋਰਟ ਕਰਨ ਵਾਲੇ ਨਾ ਹੋਵਨ ਤਾਂ ਇਨਹੇ ਦੇ ਚੈਨਲ ਨੂੰ ਪਾਜੇ ਵੀਡੀਓ ਨੂੰ ਫੁੱਲ ਸਪੋਰਟ ਕਰੋ ਸਬਸਕ੍ਰਾਈਬ ਕਰੋ ਅਸਲਾਮ ਵਾਲੇਕਮ ਕੀ ਹਾਲ ਹੈ ਮੇਰੇ ਦੋਸਤ ਠੀਕ ਹੈ ਤਬੀਅਤ ਸਭ ਠੀਕ ਹੈ ਸਭ ਠੀਕ ਹੈ ਅਲਹਮਦੁਲਿਲਾ ਮੈਂ ਅਮਾਨੁੱਲਾ ਖਾਨ ਨਿਆਜ਼ੀ ਤੇ ਤੁਸੀਂ ਸਾਰਾ YouTube ਚੈਨਲ ਤੇ ਵਗਾਜ਼ੀ ਵੀਲੌਗ ਅੱਜ ਮਾਸ਼ਾਅੱਲਾ ਅਸਾਂ ਤਿਆਰ ਥਾਵੇ ਨੇ ਮੈਂ ਤੇ ਪਾਏ ਚੌਕ ਮੰਦੇ ਈਦ ਮਿਲਣ ਕਸ਼ਾ ਬਜ਼ਾਰਾ ਵੈਂਦੀ ਪਈ ਹੈ ਆਪਣੇ ਮੱਦੇ ਨਾਲ ਨੇ ਈਦ ਮਿਲਣ ਵੈਂਦੀ ਪਈ ਹੈ ਮਾਸ਼ਾਅੱਲਾ ਜੀ ਸਰ ਵੀਡੀਓ ਦੇ ਨਾਲ ਨਾਲ ਅਸਾਂ ਸਰ ਵੀਡੀਓ ਕੋ ਐਡ ਕਰ ਲਾਜ਼ਮੀ ਰੱਖੋ ਅਸਾਂ ਤੋਂ ਕੋ ਆਪਣੇ ਇਲਾਕੇ ਦਾ ਮਾਹੌਲ ਹੀ ਦੇਖਿਆ ਸੁਵੇਂਦੇ ਅਗਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਕਿ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਸੋ ਸਾਰੀ ਵੀਡੀਓ ਨੂੰ ਲਾਈਕ ਕਰਿਆ ਸੋ ਸ਼ੇਅਰ ਕਰਿਆ ਸੋ ਤੇ ਘੰਟੇ ਦੇ ਬਟਨ ਤੇ ਚੌਕ ਸਰਵਾਨਾ ਥਾਵੇ ਨੇ ਵੇਂਦੇ ਪਹਿ ਚੌਕ ਮੁੰਡੇ ਵਾ ਸਾਡੀ ਵੀਡੀਓ ਦੇ ਨਾਲ ਨਾਲ ਜੀ ਅਸਾਂ ਵੇਂਦੇ ਪਹਿ ਚੌਕ ਮੁੰਡੇ ਸਾਡੀ ਵੀਡੀਓ ਦੇ ਨਾਲ ਨਾਲ ਸੋ ਅੱਜ ਤੱਕ ਅਸਾਂ ਆਪਣੇ ਇਲਾਕੇ ਦਾ ਮਾਹੌਲ ਹੀ ਦੇਖਿਆ ਸੁਵਾਂਦੇ ਹਾਂਜੀ ਮਾਸ਼ਾਅੱਲਾ ਅਸਾਂ ਰਵਾਨਾ ਥਾਵੇ ਨੇ ਹੈ ਅਗੋ ਪੁੱਲ ਪਈ ਥੀ ਪੁੱਲ ਮੁਰਸੋਂ ਪੁੱਲ ਮੁੜ ਕੇ ਬਲਾ ਗੁਲਾਬ ਮੈਨਰ ਗਿਨ ਸੁ ਸਿੱਧਾ ਇਹ ਗੁਲਾਬ ਮੈਨਰ ਅਸਾਂ ਮੁੜਦੇ ਪਏ ਹਾਂ ਨੂਰਸ਼ਾ ਰੋਡ ਤੇ ਚੜ ਗਏ ਹਾਂ ਇਹ ਰੋਡ ਕੋਟਾ ਦੂ ਤੋਂ ਪੀਰ ਜਗੀ ਮੋੜ ਘੱਲੋ ਮੋੜ ਕਿਨੇ ਵਾ ਹਸਾਨਪੁਰ ਵੇਂਦੇ ਰੋਡ ਮਾਸ਼ਾਅੱਲਾ ਜੀ ਬਹੁਤ ਹੀ ਅੱਛਾ ਕਾਰਪੇਟ ਰੋਡ ਬਣਿਆ ਹੋਇਆ ਹੈ ਪੀਰ ਜਗੀ ਮੋੜ ਦਾ ਸ਼ਹਿਰ ਹੈ ਪਿਆ ਹੁਣ ਅਸਾਂ ਮੇਨ ਰੋਡ ਤੇ ਚੜਸੂ ਇਹ ਹੁਣ ਅਸਾਂ ਮੇਨ ਰੋਡ ਤੇ ਚੜ ਕੇ ਅਸਾਂ ਵੇਂਦੇ ਪਏ ਸਿੱਧਾ ਚੌਕ ਮੁੰਡੇ ਅਸੀਂ ਤਾਂ ਚੌਕ ਮੁੰਡੇ ਸ਼ਹਿਰ ਰੋਡ ਵੇਂਦਾ ਪਏ ਬਸ ਨੇੜੇ ਪਹੁੰਚੇ ਵਧਿਆ ਸੀ ਅਸਾਂ ਰਿਸ਼ਤੇਦਾਰਾਂ ਕਿਨੇ ਜਿਥਵਾਈਣਾ ਅਸਾਂ ਰਿਸ਼ਤੇਦਾਰਾਂ ਦੇ ਘਰ ਪਹੁੰਚ ਗਏ ਹਾਂ ਨੇੜੇ ਇਹ ਬਸ ਮੁੜਦੇ ਪਏ ਹੈ ਥੋੜ੍ਹਾ ਇੱਕ ਸਫ਼ਰ ਰਹਿ ਗਿਆ ਮੁੜਦੇ ਪਏ ਹੈ ਥੋੜ੍ਹਾ ਇੱਕ ਸਫ਼ਰ ਰਹਿ ਗਿਆ ਮਾਸ਼ਾਅੱਲਾ ਜੀ ਬਸ ਇਹ ਅਸਾਂ ਪਹੁੰਚ ਗਏ ਸੀ ਆਪਣੇ ਰਿਸ਼ਤੇਦਾਰਾਂ ਦੇ ਘਰ ਮਾਸ਼ਾਅੱਲਾ ਜੀ ਅਸਾਂ ਜਾਣਾ ਇਹੀ ਗੱਡੀ ਦੇ ਉੱਤੇ ਆਏ ਹਾਂ ਸਪੈਸ਼ਲ ਕੋਟਾ ਤੋਂ ਤਾਂ ਚੌਕ ਮੁੰਡੇ ਈਦ ਮਿਲਣ ਆਏ ਵਧੇ ਹਾਂ ਅਸਾਂ ਮਾਸ਼ਾਅੱਲਾ ਪਿੱਛੋਂ ਕਣਕ ਵੀ ਫੁੱਲ ਤਿਆਰ ਥਾਈ ਖੜੀ ਹੈ ਪੱਕੀ ਖੜੀ ਹੈ ਏਡੋ ਮੌਲਾਨਾ ਹਦਾਤੁੱਲਾ ਸਾਹਿਬ ਬੈਠਣ ਅਸਾਂ ਤਾਂ ਇੰਨਾ ਕੁ ਮਿਲਵੈਨੇ ਹੈ ਇੰਨਾ ਦਾ ਤੌਰ ਵੀ ਕਰਵੈਨੇ ਹੈ ਇਹ ਫੇਸਬੁੱਕ ਦਾ ਪੇਜ ਬਣਾਈ ਵਧਨ ਯੂਟਿਊਬ ਦਾ ਅਕਾਊਂਟ ਬਣਾਈ ਵਧਾ ਮਾਸ਼ਾਅੱਲਾ ਜੀ ਇਹ ਸਾਰੇ ਭਾਂਜੇ ਪਏ ਇਹਨਾਂ ਦਾ ਫੇਸਬੁੱਕ ਪੇਜ ਵੀ ਬਣਿਆ ਹੋਇਆ ਹੈ ਹਦਾਤੁੱਲਾ ਦੇ ਨਾਂ ਤੇ ਯੂਟਿਊਬ ਚੈਨਲ ਵੀ ਖੋਲੀ ਵਧਨ ਨਵਾਂ ਨਵਾਂ ਮੌਲੀ ਸਾਹਿਬ ਇੰਨੇ ਜਿਹੜੇ ਦੇਦੇ ਪੈਣ ਇੰਨੇ ਕੋ ਥੋੜ੍ਹੀ ਜਿਹੀ ਪਿਆਰ ਦੀ ਅੱਖ ਦਿਖਾਓ ਚਾ ਅਤੇ ਜਿਹੜੀ ਮੈਂ ਪਿਆਰ ਦੀ ਅੱਖ ਦਿਖਾਈ ਹੈ ਨਾ ਇਹਨਾਂ ਕੋ ਫੁੱਲ ਸਪੋਰਟ ਕਰਨੀ ਹੈ ਕਿਉਂਕਿ ਤੁਹਾਡੇ ਦੋਸਤਾਂ ਦੀ ਸਪੋਰਟ ਚਾਹੀਦੀ ਹੈ ਬਾਕੀ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਦੋਸਤ ਸਪੋਰਟ ਕਰਨ ਵਾਲੇ ਨਾ ਹੋਵਨ ਤਾਂ ਇਹਨਾਂ ਦੇ ਚੈਨਲ ਨੂੰ ਪਾਜੇ ਵੀਡੀਓ ਨੂੰ ਫੁੱਲ ਸਪੋਰਟ ਕਰੋ ਸਬਸਕ੍ਰਾਈਬ ਕਰੋ ਫਾਲੋ ਕਰੋ ਮੁਹੱਬਤਾਂ ਦਿਓ ਮੁਹੱਬਤਾਂ ਵੰਡੋ ਫੁੱਲ ਮੁਹੱਬਤਾਂ ਦਿੰਦੇ ਰਹਿ ਵਾਂਜੋ ਸਾਕੂ ਫੁੱਲ ਮੁਹੱਬਤਾਂ ਜਿਵੇਂ ਫੁੱਲ ਹੋਈਆਂ ਮਾਸ਼ਾਅੱਲਾ ਜੀ ਇਹ ਆਇਨ ਸਾਕੂ ਮਿਲਣ ਵਾਸਤੇ ਮਾਸ਼ਾਅੱਲਾ ਬੜੀ ਇਹਨਾਂ ਦੀ ਮਿਹਰਬਾਨੀ ਅੱਲਾ ਇਹਨਾਂ ਨੂੰ ਖੁਸ਼ ਰੱਖੇ ਸਲਾਮਤ ਰੱਖੇ ਇਹਨਾਂ ਦੇ ਚੈਨਲ ਨੂੰ ਫੁੱਲ ਸਪੋਰਟ ਕਰਕੇ ਉੱਤੇ ਗਿਣ ਕੇ ਆਓ ਬੜੀ ਮਿਹਰਬਾਨੀ ਅੱਲਾ ਸਲਾਮਤ ਰੱਖੇ ਮਾਸ਼ਾਅੱਲਾ ਜੀ ਅਸਾਂ ਪਹੁੰਚ ਗਏ ਘਰ ਆਪਣੇ